ਬਿਸਮਿਲ੍ਲਾ ਰਹਿਮਾਨ ਰਹੀਮ। ਮੇਰੇ ਦੋਸਤਾਂ ਭਰਾਵਾਂ ਨੂੰ ਸਾਰਿਆਂ ਨੂੰ ਅਸਲਾਮ ਵਾਲੇਕਮ ਮੇਰੇ ਤਰਫੋਂ। ਮੈਂ ਅੱਜ ਫਰੂਟ ਮੰਡੀ ਆਇਆ, ਜਿਵੇਂ ਰਾਤ ਦਾ ਦਿਨ ਹੈ ਮਾਸ਼ਾਅੱਲਾ, ਅਤੇ ਰੌਣਕ ਅੱਜ ਪੂਰੀ ਲੱਗੀ ਹੋਈ ਕਿਉਂਕਿ ਰਸਤੇ ਬੰਦ ਰਿਹਾ ਸੀ ਮਾਸ਼ਾਅੱਲਾ। ਕੱਲ੍ਹ ਦੇ ਰਸਤੇ ਖੁੱਲ੍ਹੇ ਨਾ, ਪੂਰੀ ਰੌਣਕ ਲੱਗੀ ਹੋਈ ਹੈ ਮੰਡੀ ਵਿੱਚ ਇਸ ਟਾਈਮ। ਅੱਜ ਗਾਹਕ ਵੀ ਹੈ ਕਿਉਂਕਿ ਜਿਵੇਂ ਰਾਤ ਹੈ, ਜਿਵੇਂ ਰਾਤ ਨੂੰ ਗਾਹਕ ਵੀ ਨਿਕਲਦਾ। ਇਨਸ਼ਾਅੱਲਾ ਰੇਟ ਵੀ ਪੁੱਛਾਂਗੇ, ਕਦੋਂ ਕਾ ਰੇਟ ਵੀ ਪੁੱਛਦੇ ਰਹਾਂਗੇ ਨਾਲੋ ਨਾਲ ਕਿ ਰੇਟ ਕੀ ਆ ਚੱਲ ਰਿਹਾ, ਠੀਕ ਹੈ ਨਾ। ਮਾਸ਼ਾਅੱਲਾ ਰੌਣਕ ਪੂਰੀ ਲੱਗੀ ਹੋਈ ਹੈ, ਗਾਹਕ ਬੜਾ ਜ਼ਬਰਦਸਤ ਨਿਕਲਾ ਹੋਇਆ ਅਮਰੂਦ 'ਤੇ। ਲੇਕਿਨ ਰੇਟ ਪੁੱਛਾਂਗੇ ਕਿ ਅਮਰੂਦ ਦਾ ਰੇਟ ਕੀ ਹੈ, ਸਰ ਰੇਟ ਦਾ ਪਤਾ ਲੱਗੇਗਾ ਕਿ ਰੇਟ ਕੀ ਚੀਜ਼। ਅੱਜ ਸਾਹਿਬ ਕਿੰਨੇ ਕਿੰਨੇ ਟੋਕਰੇ? 8-8 ਸੌ ਦੇ ਅਮਰੂਦ ਤਾਂ ਬੜਾ ਜ਼ਬਰਦਸਤ ਹੈ ਸਰ ਜੀ। ਕੋਰੇ ਨਾਲ ਖਰਾਬ ਨਹੀਂ ਹੋ ਜਾਂਦਾ ਤਾਂ? ਹੈਂ, ਹੁਣ ਤਾਂ ਕੋਰਾ ਨਹੀਂ ਪੈ ਰਿਹਾ, ਅਜੇ ਨਹੀਂ ਕੋਰਾ ਪੈ ਰਿਹਾ। ਦੇਖੋ ਜਿਵੇਂ ਕੋਰਾ ਸ਼ੁਰੂ ਹੋਏਗਾ ਨਾ, ਇਹ ਚਿੱਤਰਾ ਹੁੰਦਾ ਜਾਏਗਾ, ਐਸਾ ਐਸਾ ਚਿੱਤਰਾ ਹੁੰਦਾ ਜਾਏਗਾ। 8-8 ਸਾਲ ਦੀ ਟੋਕਰੀ ਸਰ ਜੀ, ਇਹਦਾ ਵਜ਼ਨ ਕਿੰਨਾ ਹੋਏਗਾ? 12 ਕਿਲੋ ਵਜ਼ਨ ਹੈ, 8-8 ਸੌ ਦੀ ਟੋਕਰੀ ਹੈ, ਯਾਨੀ 80 ਕੁ ਰੁਪਈਏ ਪੈਂਦਾ ਇੱਥੇ। ਜਿਹੜਾ ਚੰਗਾ ਅਮਰੂਦ ਹੈ 70-80 ਰੁਪਈਏ, 60 ਰੁਪਈਏ ਮੁਖਤਲਿਫ ਰੇਟ ਜਿਹੜਾ ਨਾ ਇੱਥੇ ਪੈ ਰਿਹਾ। ਅਤੇ ਅੱਗੇ ਨਾਲ ਧਨੀਆ ਵਾਲੇ ਵੀ ਬੈਠੇ ਹੋਏ, ਧਨੀਆ ਵਾਲੇ ਆਪਣੀ ਵੇਚਦੇ ਪੈਣ, ਮਾਸ਼ਾਅੱਲਾ ਵੇਚ ਕੇ ਬੈਠੇ ਹੋਏ ਨਾ ਅੱਜ, ਕਿਉਂਕਿ ਅੱਜ ਗਾਹਕ ਨਿਕਲਾ ਨਾ ਬੜੇ ਦਿਨਾਂ ਬਾਅਦ, 5-4 ਦਿਨਾਂ ਬਾਅਦ ਗਾਹਕ ਨਿਕਲਿਆ ਅੱਜ। ਅੱਜ ਫਿਰ ਇੱਕ ਵਾਰੀ ਟੁੱਟ ਕੇ ਗਾਹਕ ਵੀ ਹੈ। ਉਹ ਵੀ ਤਾਂ ਆਪਣੇ ਹੱਥਾਂ ਨਾਲ ਜੋੜ ਦੇਣ ਨਾ, ਆਪਣੇ ਹੱਥਾਂ ਨਾਲ ਜੋੜ ਦੇਣ, ਲਾ ਦੇਣ। ਅੱਛਾ ਇਹ ਕੀ, ਕੱਲ ਅਮਰੂਦ ਸਸਤਾ ਸੀ, ਅੱਜ ਮਹਿੰਗਾ ਹੈ? ਅੱਜ ਗਾਹਕ ਨਿਕਲਾ, ਕੱਲ ਛਾਟਾ ਮਾਟਾ ਬੋਤੀਆਂ ਵਿਕੀ, ਅੱਜ ਅਮਰੂਦ ਹੀ ਕਲੰਬਰ ਨੇ। ਅੱਛਾ ਅੱਜ ਅਮਰੂਦ ਦੇਖ, ਅਮਰੂਦ ਹੀ ਕਲੰਬਰ ਆਏ ਨੇ ਅੱਜ ਸ਼ਰਕਪੁਰ ਦੇ ਸ਼ਰੀਫ, ਸ਼ਰਕਪੁਰ ਸ਼ਰੀਫ ਦੇ ਜੀ। ਸਸਤਾ ਨਹੀਂ ਹੈ ਮਾਲ ਕਿ ਜਿਹੜਾ ਤੁਸੀਂ ਕਹੋ ਸਸਤਾ, ਘੱਟ ਤੋਂ ਘੱਟ 70-80 ਦਾ ਰੇਟ ਜਿਹੜਾ ਨਾ ਅੱਜ ਮੰਡੀ ਦਾ ਰੇਟ ਹੈ। ਆਮ ਤੋਂ ਆਮ ਜਿਹੜਾ ਸੇਬ ਵੀ ਹੈ ਉਹਦਾ ਵੀ 60-70 ਰੁਪਈਏ ਰੇਟ ਹੈਗਾ, ਨਹੀਂ ਤਾਂ ਇਹੋ ਕੱਲ੍ਹ ਦੀ ਦਿਹਾੜੀ ਗੁਜ਼ਰੀ, 8 ਘੰਟੇ ਗੁਜ਼ਰੇ ਨੇ, ਕੱਲ 800 ਦੀ ਵਿਕਦੀ ਪਈ, ਅੱਜ 1600 ਦੀ। ਇਸ ਗੱਲੋਂ ਹੀ ਤਾਂ ਕਹਿੰਦੇ ਨੇ ਕਿ ਇਹ ਮੰਡੀ ਦਾ ਕੋਈ ਪਤਾ ਨਹੀਂ ਹੁੰਦਾ, ਤੁਸੀਂ ਇੰਜ ਮੂੰਹ ਪਵਾਓ ਤੇ ਰੇਟ ਵਧਿਆ ਘਟਿਆ ਹੁੰਦਾ, ਇਹਦਾ ਕੋਈ ਇਤਬਾਰ ਨਹੀਂ ਹੈ ਕਿ ਇੱਕ ਮਿੰਟ ਵਾਸਤੇ ਜਾਂ ਇੱਕ ਸਕਿੰਟ ਵਾਸਤੇ। ਇੱਕ ਵਾਰੀ ਤੁਸੀਂ ਪੁੱਛ ਕੇ ਅੱਗੇ ਜਾਓ, ਦੂਸਰੀ ਵਾਰੀ ਆਓ ਤਾਂ ਤੁਹਾਨੂੰ ਰੇਟ ਉਹਦਾ ਡਬਲ ਵੀ ਹੋ ਸਕਦਾ, ਘੱਟ ਵੀ ਹੋ ਸਕਦਾ, ਇਹ ਨਹੀਂ ਕਿ ਵੱਧ ਹੀ ਸਕਦਾ, ਘੱਟ ਵੀ ਸਕਦਾ। ਮਾਸ਼ਾਅੱਲਾ ਵੇਖ ਹੁਣ ਥੋੜ੍ਹੀ ਜਿਹੀ ਜਗ੍ਹਾ ਹੈ, ਕਿੰਨਾ ਗਾਹ ਖੜਾ ਹੈ, ਮਾਲ ਨਹੀਂ ਲੱਭਦਾ ਪਿਆ। ਲਾਲਾ ਜੀ ਅੱਜ ਕੋਈ ਬਾਰੇ ਚ ਗੱਲ ਹੈ ਕਿ ਕੋਈ? ਕਿਤਨੇ? 15-15 ਵਜ਼ਨ, 15 ਹੋ ਸਕਦਾ, 15 ਤੋਂ। ਹਾਂ ਅੱਜ ਸਭ ਕਿੰਨੇ ਕਿੰਨੇ ਤੜੀ ਦੇ ਰਹੇ? 400। ਓਹੋ 80 ਰੁਪਏ ਕਿਲੋ, ਹਾਂਜੀ ਮੰਡੀ 80 ਤੇ ਅੱਗੇ ਫਿਰ ਕੀ ਰੇਟ ਹੋਏਗਾ ਸਰ ਦੱਸੋ? ਅੱਗੇ ਵੀ 80-160 ਬਸ ਇੰਨਾ ਹੀ ਵਿਕਦੇ। ਉਹਨਾਂ ਜੀ 80 ਰੁਪਏ ਰੇਟ ਹੈ ਅੱਜ, ਜ਼ਿਆਦਾਤਰ ਜਿਹੜਾ ਨਾ 80 ਰੁਪਏ ਰੇਟ ਮੰਡੀ ਦਾ ਹੈ।
ਅੱਜ ਕਿਉਂ ਪਤਾ ਲੱਗੇਗਾ ਸਰ? ਅੱਜ ਮਹਿੰਗਾ ਹੋ ਗਿਆ ਤਾਂ ਵਾਸਤੇ, ਬਹੁਤ ਮਹਿੰਗਾ ਹੋ ਗਿਆ। ਕੱਲ ਸਸਤਾ ਸੀ, ਅੱਜ ਮਹਿੰਗਾ ਕੀ ਗੱਲ? ਇਹੀ ਤੇ ਗੱਲ, ਬਾਹਰਲੀਆਂ ਮੰਡੀਆਂ ਖੁੱਲ ਗਈਆਂ, ਰਸਤੇ ਖੁੱਲ ਗਏ ਨੇ ਨਾ, ਹਾਂ ਬਾਹਰ ਜਾਣ ਦੇ, ਛੋਟੀਆਂ ਮੰਡੀਆਂ ਜਿਹੜੀ ਜਾਣ ਦੇ। ਦੇਖੋ ਨਾ ਬਾਈ ਹੋਰਾਂ ਦਾ ਇੱਥੇ ਤਜਰਬਾ ਹੈ, ਉਹਨਾਂ ਨੂੰ ਪਤਾ ਹੈ ਕਿ ਜਦੋਂ ਮਾਲ ਬਾਹਰ ਜਾਂਦਾ ਹੈ ਨਾ, ਛੋਟੀਆਂ ਮੰਡੀਆਂ ਵੀ ਨਾਲ ਖੁੱਲ ਗਈਆਂ, ਨਾਲ ਲਾਹੌਰਪੁਰਾ ਖੁੱਲ ਗਿਆ, ਅੱਗੇ ਗਾਹਕ ਨਿਕਲਿਆ, ਗਾਹਕ ਨਿਕਲਿਆ, ਅੱਗੇ ਸਾਰਾ ਅਮਰੂਦ ਆਉਂਦਾ ਸੀ ਇੱਥੇ, ਠੀਕ ਹੈ ਜੀ, ਗੜ ਪਿਆ ਸੀ ਅਮਰੂਦ ਦਾ, ਵਾਧੂ ਸੀ, ਲੈਣ ਵਾਲੇ ਜਿਹੜੇ ਨੇ ਉਹ ਥੋੜੇ ਸਨ, ਅਮਰੂਦ ਬਹੁਤੇ ਸਨ। ਸਹੀ ਗੱਲ, ਤੁਸੀਂ ਸੱਦੇ ਸੀ ਲੋਕਾਂ ਨੂੰ? ਹਾਂਜੀ, ਅਸੀਂ ਸੱਦੇ ਸੀ, ਅਸੀਂ ਵਾਦਾ ਦਿੰਦੇ ਸੀ, ਅੱਜ ਲੋਕ ਵਾਦਾ ਦੇਣ ਦੇ, ਅੱਜ ਤੁਹਾਨੂੰ ਵਾਜਾਂ ਦੇ ਰਹੇ ਨੇ, ਬੜੀ ਗੱਲ ਹੈ, ਮਾਸ਼ਾ ਅੱਲਾਹ। ਦੇਖੋ ਜੀ, ਸੁਣਿਆ ਨੇ ਨਾ ਗੱਲ, ਇਹ ਬੇਚਾਰੇ ਬੱਚਿਆਂ ਜੋ ਰੋਟੀ ਆਪਣੇ ਘਰੋਂ ਖਾ ਰਹੇ ਸੀ ਪਹਿਲੇ, ਹੁਣ ਕਮਾ ਕੇ ਖਾਣਗੇ, ਬਸ ਇੰਨਾ ਹੀ ਫਰਕ ਹੈ। ਆਈ ਖੁਸ਼ ਨੀ, ਆਈ ਖੁਸ਼ ਨੀ, ਆਈ ਮਾਲ ਵਿਕਿਆ ਤੇ ਖੁਸ਼ ਨੀ ਹੈ? ਕਿੰਨੀਆਂ ਕੁ ਟੋਕਰੀਆਂ ਲਿਆਂਦੀਆਂ, ਬਸ ਇਹੀ ਰਹਿ ਗਈ। ਇਹ ਵੀ ਵੇ ਝਟਕਾ ਖਾਏਗਾ, ਗਾਹਕ ਲੱਗਿਆ ਨਹੀਂ ਤੇ ਹੋ ਗਿਆ। ਦੇਖੋ ਜੀ ਮਾਸ਼ਾਅੱਲਾ, ਅੱਜ ਗਾਹਕ ਕਿਵੇਂ ਨਿਕਲਾ ਹੋਇਆ, ਦਿਲ ਖੁਸ਼ ਹੁੰਦਾ ਨਾ, ਵਪਾਰੀ ਵੀ ਖੁਸ਼ ਹੁੰਦਾ ਹੈ। ਕਿੰਨੇ ਦੀ ਹੈ? 1200 ਦੀ। ਅੱਜ 1200 ਦੀ ਵੇਚ ਕੇ ਨਹੀਂ ਖੁਸ਼ ਹੋ ਰਿਹਾ? ਇਹ ਮੈਨੂੰ 2-3 ਹੋ ਗਏ ਨੇ, ਮੈਨੂੰ ਕਹਿੰਦੇ ਨੇ ਵੀਡੀਓ ਕਰ, ਵੀਡੀਓ ਕਰ। ਉਸ ਵਕਤ ਹੈਗਾ ਸੀ ਅਮਰੂਦ ਸਸਤਾ, ਠੀਕ ਹੈ ਨਾ, ਅੱਜ ਇਹ ਅਮਰੂਦ ਮਹਿੰਗਾ। ਨਹੀਂ ਨਹੀਂ ਨਹੀਂ, ਵੇਖੋ ਨਾ, ਜਦੋਂ ਚੀਜ਼ ਮਹਿੰਗੀ ਹੋਈ ਮੈਂ ਉਦੋਂ ਹੀ ਦੱਸਾਂ, ਮੈਂ ਕਿਉਂ ਗਲਤ ਜਾਂ ਝੂਠ ਮਾਰਾਂ? ਕਿਉਂ ਜੀ ਬਾਬਾ ਜੀ, ਮੈਨੂੰ ਕੀ ਮਫਾਦ ਹੋਏਗਾ, ਮੈਨੂੰ ਤਾਂ ਕੁਛ ਵੀ ਨਹੀਂ ਹੋਇਆ। ਅੱਛਾ ਬਾਬਾ ਜੀ ਦੱਸੋ, ਤੁਸੀਂ 2-3 ਤੋਂ ਮੈਨੂੰ ਕਹਿ ਰਹੇ ਜੀ, ਅੱਜ ਹੁਣ ਕੀ ਮੂਡ ਹੈ? ਅੱਜ ਮਹਿੰਗੇ ਹੋ ਗਏ ਨੇ, ਅੱਜ ਖੁਸ਼ ਬੈਠਾ ਹੈ ਨਾ? ਬਿਲਕੁਲ ਖੁਸ਼ ਬੈਠਾ, ਇਹਨਾਂ ਬੰਦਿਆਂ ਨੂੰ ਹੁਣ ਮਠਿਆਈ ਖਵਾ ਕੇ ਅੱਜ ਸਾਰੇ ਪੈਸੇ ਵਾਪਸ ਆ ਗਏ ਨੇ, ਜਿਹੜੇ 5-6 ਦਿਨਾਂ ਦੀ ਕਮਾਈ ਆਈ ਹੈ। ਬੰਦਾ 1700-1600-1600-1600 ਦੀ ਵੇਚਦਾ ਵੀ, ਉਹਦਾ ਮਾਲ ਵੀ ਤਾਂ ਫਿਰ ਵੇਖ ਲਓ, ਇਹ ਗੱਲ ਮੰਨਣਾ ਹੈ ਨਾ ਕਿ ਉਹਦਾ ਮਾਲ ਇੱਕ ਨੰਬਰ ਹੈ। ਇਸੇ ਗੱਲੋਂ ਉਹਦਾ ਮਾਲ ਆਉਂਦਾ ਤੇ ਇੰਜ ਚੁੱਕਿਆ ਜਾਂਦਾ। ਅੱਜ ਕਿੰਨਾ ਮਾਲ ਲਿਆਉਂਦਾ? 50 ਨਾਗ, ਬਸ ਇਹ ਹੀ ਰਹਿ ਗਿਆ, ਇਹ ਮੇਰੇ ਕੋਲ 7-8 ਨਾਗ ਪਿਆ, ਕੋਈ ਗੱਲ ਨਹੀਂ। ਅੱਜ ਸਾਹਿਬ ਕਰੰਡੀ ਚ ਬੋਸਕੀ ਚ ਫਰਕ ਤਾਂ ਹੁੰਦਾ ਨਾ? ਇਹ ਬਿਲਕੁਲ ਲੋਹੇ ਤੇ ਸੋਨੇ ਬੜਾ ਫਰਕ ਹੁੰਦਾ, ਲੋਹਾ ਬੜਾ ਤੇ ਵਿਕਦਾ ਸੋਨਾ। ਕਹਿੰਦੇ ਨੇ ਯਾਰ ਕੀ ਕਰੀਏ, ਪਿੱਛੇ ਵੇਖੋ ਨਾ, ਬੰਦ ਪਈਆਂ ਸਾਰੀਆਂ, ਬੰਦ ਪਈਆਂ ਯਾਨੀ ਕਿ ਵੇਖ ਚੁੱਕੀਆਂ ਨੇ, ਕਿਸੇ ਇਕੱਠੇ ਬੰਦਿਆਂ ਨੇ ਜਾਣੀਆਂ ਜਾਂ ਬਾਹਰ ਛੋਟੀਆਂ ਮੰਡੀਆਂ, ਛੋਟੀਆਂ ਮੰਡੀਆਂ ਤੇ ਜਿਹੜਾ ਨੇ ਗੱਲਣਗੇ, ਕੋਈ ਮਜ਼ਦਾ ਵਗੈਰਾ ਆਏਗਾ, ਪੀ ਕੱਪ ਆਏਗੀ, ਉਹਦੇ ਵਿੱਚ ਸਾਰਾ ਵੇਖਣ ਮਾਲ ਕਿੰਨਾ ਪਿਆ। ਇਹ ਬਾਹਰ ਛੋਟੀਆਂ ਮੰਡੀਆਂ ਵਾਸਤੇ, ਤੇ ਜਿੰਨੇ ਵੀ ਅੱਜ ਵਪਾਰੀ ਹਨ ਮਾਸ਼ਾਅੱਲਾ ਵੇਚ ਕੇ ਬੈਠੇ ਹੋਏ,
ਰੇਟ ਮੈਂ ਤੁਹਾਨੂੰ ਅੱਜ ਦੱਸ ਦਿੱਤਾ ਕਿ 1100 1200 1300 ਇਹ ਰੇਟ ਚੱਲਦਾ ਪਿਆ। ਮਾਸ਼ਾਅੱਲਾ ਬਾਦਸ਼ਾਹ ਵੇਖਣਾ ਇਹ ਜਗ੍ਹਾ 'ਤੇ ਜਿਹੜਾ ਨਾ ਅਮਰੂਦ ਵਾਧੂ ਪਿਆ ਹੋਇਆ, ਨਾਲ ਅੱਗੇ ਫਿਰ ਸਿੱਟੇ ਆ ਜਾਂਦੇ, ਮੌਸਮੀ ਆ ਜਾਂਦੇ, ਅੱਗੇ ਮੌਸਮੀ ਸਿੱਟੇ ਸ਼ੁਰੂ ਹੋ ਜਾਂਦੇ। ਸਰ ਖਰੀਦਣ ਆਏ ਕੋਈ ਵੇਚਣ ਆਏ? ਖਰੀਦਣ ਆਏ ਨੇ। ਅੱਜ ਕੋਈ ਬਾਰੇ ਦੀ ਗੱਲ ਹੈ ਕਿ ਕੋਈ ਨਹੀਂ? ਅੱਜ ਯਕਦਮ ਵਸਿਓ ਬਾਹਰ ਹੋ ਗਈ, ਕੀ ਗੱਲ ਹੋ ਗਈ? ਕੱਲ ਇਹੋ ਹੀ ਅਮਰੂਦ ਆ, ਤਕਰੀਬਨ 8 ਜਾਂ 10 ਘੰਟੇ ਗੁਜ਼ਰੇ ਰਾਤ ਦੇ, ਅਮਰੂਦ ਗਾਇਬ ਹੋ ਗਿਆ। ਵੈਸੇ ਵੀ ਕਹਿਣਾ ਕਿ ਅੱਜ ਗਾਹਕ ਨਿਕਲਿਆ, ਅੱਜ 3-4 ਦਿਨਾਂ ਬਾਅਦ ਜ਼ਿਆਦਾ ਗਾਹਕ ਨਿਕਲਿਆ, ਦਸਤੀ ਮਾਲ ਚੁੱਕਿਆ ਗਿਆ। ਅੱਜ ਕੁਛ ਨੀ, ਕਿੰਨੇ ਕਿੰਨੇ ਦੀ ਅੱਜ ਡਾਲ ਦੇ ਰਹੇ? ਅੱਜ ਕੱਲ ਵੇਚੀ ਸੀ ਉਹ 8-8 ਸੌ ਦੀ, 9-9 ਸੌ ਦੀ, ਅੱਜ 14-15 ਸੌ ਦੀ ਵੇਚ ਰਿਹਾ। ਕੱਲ ਵਾਲੇ ਪੈਸੇ ਵਾਪਸ ਨਹੀਂ ਹਟ ਆਏ? ਹਟ ਆਏ ਹੈ, ਜਿਹੜੇ ਤੁਸੀਂ ਤਾਂ ਚਲੋ ਇੱਥੋਂ ਲਿਜਾ ਕੇ ਖਾਂਦੇ ਰਹੇ, ਜਿਹੜੇ ਲੋਕ ਘਰ ਸਿਰਫ ਖਾਲੀ ਬਹਿ ਕੇ ਖਾਂਦੇ ਰਹੇ ਉਹਨਾਂ ਦਾ ਹਾਲ ਪੁੱਛਾ ਜੀ। ਹੋਰ ਸਰ ਵੇਖਣ ਹੁਣ ਤਾਂ ਇੱਕਾ ਦੁੱਕਾ ਰਹਿ ਗਈਆਂ ਨੇ, ਥੋੜੀਆਂ ਰਹਿ ਗਈਆਂ। ਕਰੋ ਕਰੋ ਵਜ਼ਨ ਕਰੋ ਸਰ, ਵਜ਼ਨ ਕਰੋ। ਕਿੰਨਾ ਕੁ ਵਜ਼ਨ ਹੈ ਲਾਇਆ ਅੰਦਾਜ਼ਾ? 13-14 ਕਿਲੋ ਤੇ ਰੇਟ ਕੀ ਹੈ? ਹੈਂ ਪੁੱਛੋ ਤਾਂ ਸਹੀ ਰੇਟ ਤਾਂ ਪੁੱਛੋ ਤਰ ਆਈ ਸਾਹਿਬ ਕੀ ਰੇਟ ਹੈ? 1100 ਫਿਰ ਤਾਂ ਸਹੀ ਬਾਰੇ ਦਾ ਜੇ ਅਗਰ 1200-1300 12-13 ਕਿਲੋ ਵਜ਼ਨ ਹੈ ਤਾਂ 1500 ਬਜ਼ੁਰਗਾਂ ਦਾ ਇਤਰਾਜ ਲਾ ਦੇ ਫਿਰ ਯਾਂ ਦਾ ਜੀ ਸ਼ੇਰ ਲੱਗਿਆ ਬਾਬਾ ਬਜ਼ੁਰਗਾਂ ਦੀ ਗੱਲ ਕੀਤੀ, ਵਾਕਈ ਸਹੀ ਗੱਲ। ਉਹ ਕਹਿੰਦਾ ਮੂੰਹ ਤੇ ਲੈ ਜਾਈ, ਨਹੀਂ ਤਾਂ ਫਿਰ ਤੈਨੂੰ ਮੂੰਹ ਮੰਗੇ ਪੈਸੇ ਦੇਣੇ ਪੈਣੇ ਨੇ, ਸੋਚ ਲੈ ਹੁਣ। ਮਾੜਾ ਨਿਕਲੇ ਨਹੀਂ ਹੁਣ, ਇਹ ਨਹੀਂ ਕਿਸੇ ਨੇ ਜੂਠਿਆ ਨਹੀਂ ਕਰੀਦਾ। ਮਾਸ਼ਾਅੱਲਾ ਜੀ ਵੇਖੋ ਨਾ, ਕਈ ਕਈ ਲੋਕ ਸ਼ਰਤ ਵੀ ਲਾਉਂਦੇ ਨੇ, ਉਹਨਾਂ ਦੇ ਹੱਥਾਂ ਦਾ ਤੋਲਿਆ ਹੁੰਦਾ, ਤੋਲ ਕੇ ਲਿਆਉਂਦੇ ਨੇ। ਇਹ ਜਿੰਨੀਆਂ ਵੀ ਹੈ ਨਾ, ਇਹ ਸਾਰੀਆਂ ਗੱਲਾਂ ਬੰਦ ਪਈਆਂ ਹੋਈਆਂ, ਇਹ ਸਿਰਫ ਬਾਹਰ ਮੰਡੀ ਵਾਸਤੇ, ਬਾਹਰ ਛੋਟੀਆਂ ਮੰਡੀਆਂ ਵਾਸਤੇ ਜਾਂਦਾ ਮਾਲ ਇੱਥੇ। ਅੱਜ ਲੋਕ ਤਕਰੀਬਨ ਜਿਹੜਾ ਨਾ 50% ਲੋਕ ਵੇਚ ਕੇ ਬਹਿ ਗਏ ਨੇ, ਦਸਤੀ ਵੇਚ ਗਿਆ, ਸੁਬਹ ਸੁਬਹ ਹੀ ਚੁੱਕਿਆ ਗਿਆ। ਤੇਰਾ ਕੰਮ ਹੈ ਉਠੀ ਕਿ ਜੁੰਬਰ ਪਾ ਜ ਪਤਾ ਲੱਗੇ ਹੈ, ਅੱਜ ਮਾਲ ਛਾਲ ਵੇਚਿਆ ਜੇ ਵਿੱਚ ਆਇਆ, ਕੱਲ ਤਾਂ ਕਹਿ ਰਿਹਾ ਨਹੀਂ 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 ਕੱਲ ਬੜਾ ਕੰਮ ਖਰਾਬ ਹੈ।
ਨਹੀਂ ਸਰ ਜੀ ਵੇਖੋ ਕੱਲ ਤੁਸੀਂ ਕਿਹਾ ਸੀ ਨਾ ਮੂੰਹ ਦੇ ਉੱਤੇ ਖੁਸ਼ੀ ਆ ਗਈ ਹੈ ਗੱਲ ਜ਼ਮੀਨਦਾਰ ਖੁਸ਼ਹਾਲ ਹੈ ਤੇ ਸਾਰੇ ਮਾਮਲਾਤ ਠੀਕ ਨੇ ਸਰ ਜੀ ਅਜੇ ਵੀ ਬਾਰੇ ਦਾ ਪੈ ਰਿਹਾ 80 ਰੁਪਏ ਪੈਂਦਾ ਵੀਡੀਓ ਕਰ ਹਾਂਜੀ ਮੈਂ ਕਹਿੰਦਾ ਨਾ 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 ਯਾਰ ਮੈਂ ਅੱਜ ਪਰੇਸ਼ਾਨ ਬੈਠਾ ਅੱਜ ਵੇਖ ਲੈ ਤੇਰਾ ਕੰਮ ਹੈ ਅੱਜ ਜਾਂਦੀ ਹੋ ਇੱਕ ਦੇਖ ਵੰਡਣੀ ਅੱਲਾ ਦੇ ਰਾਹ ਤੇ ਠੀਕ ਹੈ ਵੰਡੇਗਾ ਪੱਕੀ ਗੱਲ ਹੈ ਹੈਂ ਅੱਜ ਅੱਲਾ ਦੀ ਜ਼ਾਤ ਨੇ ਵੇਲ ਰੰਗ ਨਹੀਂ ਲਾ ਛੱਡੇ ਅੱਲਾ ਪਾਕ ਦੇ ਰਾਹ ਦਿੰਦੇ ਆ ਸੁਣਿਆ ਜੀ ਵੇਖ ਕੇ ਆਵਾਮ ਦਾ ਕਿਸ ਤਰੀਕੇ ਜਿਹੜਾ ਨਾ ਹਿਸਾਬ ਕਿਤਾਬਾਂ ਚੱਲਦਾ ਪਿਆ ਕਈ ਲੋਕ ਗੁੱਸੇ ਚ ਹਨ ਕਈ ਬਸ ਕਹਿੰਦੇ ਠੀਕ ਵਾਰੇ ਚ ਰੋਟੀ ਕਮਾ ਲਈਏ ਖਾ ਲਈਏ ਜਾ ਕੇ